ਨਾਂਖੋ ਬਰੇਤੂ ਬਾਤੋ ਦਾ ਸਭ ਦਾ ਪਰਪੁਰ ਸਵਾਗਤ ਹੈ ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਰਟੀ ਕਬਜ਼ੇ ਵਾਲੇ ਪੰਜਾਬ ਦੇ ਰੂਪੜ ਜ਼ਿਲ੍ਹੇ ਵਿੱਚ ਜਿਸ ਦਾ ਜੋਕਾ ਨਾਸ ਜਲਾ ਰੂਪਨਗਰ ਹੈ ਇਹ ਇਤਿਹਾਸ ਇੱਕ ਇਤਿਹਾਸਕ ਪਾਰਕ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤਾਂ ਦੀ ਜਿਹੜੀ ਤੋੜਪੋੜ ਕੀਤੀ ਗਈ ਸੋ ਜਿਸ ਨਾਲ ਸਿਕ ਕੌਮ ਵਿੱਚ ਬੜਾ ਗਮ ਅਤੇ ਗੁੱਸਾ ਹੈ ਸੋ ਦੂਸਰੇ ਪਾਸੇ মিডিਆ ਵਿੱਚ ਇਹ ਖਬਰ ਹੈ ਕਿ ਜਲਾਨਨ ਕਾਨਾ ਸਾਹਿਬ ਨੂੰ ਮਾਡਰਨ ਲੁੱਕ ਦੇਣ ਲਈ ਜੰਗੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਿੱਖ ਜਜ਼ਬਾਤਾਂ ਦਾ ਧਿਆਨ ਰੱਖਦਿਆਂ ਅੱਡ ਅੱਡ ਚੌਂਕਾਂ ਵਿੱਚ ਗੁਰਦੁਆਰਾ ਨਨਕਾਨਾ ਸਾਹਿਬ ਦੀ ਤਰਜ਼ ਤੇ ਨਵੀਆਂ ਉਸਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੋ ਸੇਕ ਕੋਵਿਚ ਇਸ ਵੇਲੇ ਇਹਨਾਂ ਦੋਨਾਂ ਮੁਲਕਾਂ ਨੂੰ ਲੈ ਕੇ ਕੀ ਫੀਲਿੰਗਸ ਨੇ ਇਸ ਬਾਰੇ ਆਪਾਂ ਵਿਚਾਰ-ਚਰਚਾ ਕਰਨ ਜਾ ਰਹੇ ਆਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸਾਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਦੇਖਣ ਸੁਣਨੇ ਲਿਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜਿਹੜੀਆਂ ਦੋਵੇਂ ਖਬਰਾਂ ਮੈਂ ਹੁਣ ਡਿਸਕਸ ਕਰਨ ਜਾ ਰਿਹਾ ਹਾਂ ਇਹ ਪੰਜਾਬੀ ਦੇ ਪ੍ਰਸਿੱਧ ਅਖਬਾਰ ਜਿਹਦੀ ਲੱਖਾਂ ਦੇ ਵਿੱਚ ਸਰਕੂਲੇਸ਼ਨ ਹੈ ਉਸ ਚੋਂ ਲਈਆਂ ਹੋਈਆਂ ਜਿਹੜਾ ਭਾਰਤ ਪੱਖੀ ਅਖਬਾਰ ਹੈ ਔਰ ਬਾਦਲ ਪੱਖੀ ਵੀ ਹੈ ਲੇਕਿਨ ਇਹ ਦੱਸਣ ਦੇ ਲਈ ਕਿ ਇਸ ਵੇਲੇ ਜਦੋਂ ਅਸੀਂ ਉਸ ਖਿੱਤੇ ਦੇ ਹਵਾਲੇ ਨਾਲ ਭਾਰਤ ਔਰ ਪਾਕਿਸਤਾਨ ਦੇ ਹਵਾਲੇ ਨਾਲ ਦੇਖਦੇ ਹਾਂ ਭਾਰਤ ਦੇ ਵਿੱਚ ਸਿੱਖਾਂ ਨਾਲ ਉਹਨਾਂ ਦੀਆਂ ਇਤਿਹਾਸਕ ਥਾਵਾਂ ਨਾਲ ਕੀ ਹੋ ਰਿਹਾ ਹੈ ਬਿਲਕੁਲ ਪਾਕਿਸਤਾਨ ਦੇ ਵਿੱਚ ਸਿੱਖ ਜਿਵੇਂ ਇੱਕ ਸਾਡੇ ਵੀਰ ਨੇ ਲਿਖਿਆ ਕਿ ਹਰ ਸਿੱਖ ਪਾਕਿਸਤਾਨ 'ਚ ਵੀ ਆਈਪੀ ਹੈ ਪਰ ਇਹ ਬਿਲਕੁਲ ਠੀਕ ਹੈ ਔਰ ਕਿਵੇਂ ਜਿਹੜੇ ਇਤਿਹਾਸਕ ਸਾਡੇ ਵਿਰਸੇ ਵਾਲੇ ਮਕਾਮ ਨੇ ਗੁਰਦੁਆਰੇ ਵੀ ਹਵੇਲੀਆਂ ਵੀ ਕਿਲੇ ਵੀ ਉਹਨਾਂ ਦੀ ਸਾਮ ਸੰਭਾਲ ਲਈ ਪਾਕਿਸਤਾਨੀ ਹਕੂਮਤ ਐ ਵੈਕੁਇਸਟਰਸ ਪ੍ਰੋਪਰਟੀ ਬੋਰਡ اور ਈਵਨ ਜਿਵੇਂ ਨਨਕਾਣਾ ਸਾਹਿਬ ਜ਼ਿਲ੍ਹੇ ਨੂੰ ਕਿਉਂਕਿ ਨਨਕਾਣਾ ਸਾਹਿਬ ਡਿਸਟ੍ਰਿਕਟ ਜਦੋਂ ਪਰਵਜੇ ਜ਼ਿਲ੍ਹਾ ਹੀ ਚੀਫ ਮਿਨਿਸਟਰ ਸੀਓਸ ਪੀਰੀਅਡ ਡਿਸਟ੍ਰਿਕਟ ਬਣਿਆ ਕਿਵੇਂ ਡਿਵੈਲਪ ਕੀਤਾ ਜਾ ਰਿਹਾ ਸੋ ਇਹ ਦੋਵੇਂ ਖਬਰਾਂ ਪਹਿਲੀ ਰੋਪੜ ਦੇ ਹਵਾਲੇ ਨਾਲ ਹੈ ਹੁਣ ਬਹੁਤਿਆਂ ਨੂੰ ਰੋਪੜ ਹੈ ਪਰ ਇਹ ਜਦੋਂ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਪਤਾ ਨਹੀਂ ਉਹਨੂੰ ਕੀ ਸੁਝੀ ਉਹ ਹੁਸਨਪ੍ਰਸ ਜਿਆ ਬੰਦਾ ਸੀ ਘਟਿਆ ਜ ਹੈ ਉਹਨੇ ਕਿਹਾ ਜੀ ਇੱਥੇ ਅਸੀਂ ਜਿਹੜਾ ਇੱਕ ਵੱਡਾ ਫਿਲਮੀ ਸਟੂਡੀਓ ਬਣਾਣਾ ਹੈ 2000 ਜਮੀਨਾ ਵੀ ਦੇ ਦਿੱਤੀਆਂ ਕਿਸਿਆਂ ਨੂੰ ਕਿ ਜੀ ਇਹ ਤਾਂ ਖੂਬਸੂਰਤੀ ਦੀ ਥਾਂ ਹੋਏਗੀ ਨਹੀਂ ਉਹ ਫਿਲਮ ਇੰਡਸਟਰੀ ਸ਼ੋਬੇ ਦਾ ਨਾਂ ਰੂਪ ਨਜ਼ਰ ਰੱਖਦਾ ਹੈ ਨਾਲੇ ਰੋਪੜ ਇਤਿਹਾਸਕ ਮੁਕਾਮ ਹੈ ਜਦੋਂ ਅਸੀਂ ਇਵਨ ਹਿਸਟਰੀ ਚ ਦੋ ਸੰਧੀਆਂ ਸਿੱਖ ਰਾਜ ਦੀਆਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਆ ਦੇਖਦੇ ਇੱਕ 1809 ਦੀ ਅੰਮ੍ਰਿਤਸਰ ਦੀ ਸੰਧੀ ਹੈ ਅੱਛਾ ਔਰ ਦੂਸਰੀ 1847 ਦੀ ਰੋਪੜ ਸਤਲੁਜ ਦੇ ਕੰਢੇ ਜਿੱਥੇ ਕਿ ਉਸ ਵੇਲੇ ਦਾ ਭਾਰਤ ਚ ਅੰਗਰੇਜ਼ਾਂ ਦਾ ਗਵਰਨਰ ਜਨਰਲ ਵਿਲੀਅਮ ਵੈਂਟਿੰਗ ਉਹ ਔਰ ਮਹਾਰਾਜਾ ਰਣਜੀਤ ਸਿੰਘ ਔਰ ਇੱਕ ਬੜਾ ਉਹ ਇਤਿਹਾਸਕ ਓਕੇਜਨ ਸੀ ਔਰ ਕਿਵੇਂ ਉਹ ਜਦੋਂ ਸ਼ਾਨੋ ਸ਼ੌਕਤ ਮਹਾਰਾਜਾ ਰਣਜੀਤ ਸਿੰਘ ਦੇ ਵੀ ਸਖਰ ਤੇ ਸੀ ਲਾਹੌਰ ਦਰبار ਦੀ ਕਿਉਂਕਿ ਉਹ ਪੰਜਾਬ ਦਾ ਪ੍ਰਾਈਡ ਸੀ ਉਸ ਲਿਹਾਜ਼ ਨਾਲ ਔਰ ਅੰਗਰੇਜ਼ ਵੀ ਜਿਹੜੇ ਨੇ ਉਹ ਜਿਹੜੇ ਨੇ ਦੰਦਾ ਥੱਲੇ ਉਂਗਲਾਂ ਦੇਣ ਵਾਲੀ ਲਾਈਨ ਸੀ ਕਿ ਭਾਈ ਔਰ ਮਹਾਰਾਜਾ ਰਣਜੀਤ ਸਿੰਘ ਦੀ 2 ਸਾਲ ਬਾਅਦ 1839 ਚ ਮੌਤ ਹੋ ਜਾਂਦੀ ਹੈ ਹਾਲਾਂ ਇੱਕ ਥਿਉਰੀ ਜਿਹੜੀ ਇਹ ਹੈ ਕਿ ਉਸ ਮੀਟਿੰਗ ਦੌਰਾਨ ਹੀ ਥੋੜਾ ਬਹੁਤ ਉਹਨੂੰ ਕਿਸੇ ਢੰਗ ਨਾਲ ਜਦੋਂ ਉਹ ਅੰਗਰੇਜ਼ਾਂ ਦੇ ਖੇਮੇ ਚ ਗਿਆ ਮਹਾਰਾਜਾ ਰਣਜੀਤ ਸਿੰਘ ਕੋਈ ਜ਼ਹਿਰ ਦਿੱਤਾ ਥੋੜੀ ਦੇਰ ਬਾਅਦ ਹੀ ਉਹਨੂੰ ਪੈਰਾਲਿਸਿਸ ਅਧਰੰਗ ਦਾ ਦੌਰਾ ਪਿਆ ਔਰ ਅਖੀਰਲਾ ਸਾਲ ਤੋਂ ਇਸ਼ਾਰਿਆਂ ਦੇ ਨਾਲ ਹੀ ਫਕੀਰ ਅਜ਼ੀਜ਼ਉਦੀਨ ਉਹਨਾਂ ਦੇ ਫੋਰਨ ਮਿਸਟਰ ਇੰਟਰਪ੍ਰੀਟ ਕਰਦੇ ਸੀ ਉਹ ਗੱਲ ਕਰਦੇ ਨੇ ਪਰ ਉਹ ਮੁਕਾਮ ਜਿੱਥੇ ਕਿ ਵਿਲੀਅਮ ਬੈਂਟਿੰਗ ਔਰ ਰਣਜੀਤ ਸਿੰਘ ਦੀ ਮੁਲਾਕਾਤ ਹੋਈ ਸਤਲੁਜ ਦਰਿਆ ਦੇ ਕੰਢੇ ਉਹਨੂੰ ਇਤਿਹਾਸਕ ਤੌਰ ਤੇ ਜਿਹੜਾ ਹੈ ਔਰ ਉਸ ਦੇ ਉੱਤੇ ਬਹੁਤ ਵੱਡਾ ਬਹੁਤ ਉੱਚਾ ਉਸ ਪੀਰੀਅਡ ਦਾ ਖਾਲਸਾ ਰਾਜ ਦਾ ਝੰਡਾ ਅਜ ਵੀ ਲੱਗਾ ਹੋਇਆ ਚੰਡੀਗੜ੍ਹ ਦੀ ਇੱਕ ਆਰਗੇਨਾਈਜੇਸ਼ਨ ਨੇ ਐਫਰਟ ਕਰਕੇ ਕੀਤਾ ਔਰ ਉੱਥੇ ਇੱਕ ਪਾਰਕ ਬਣਾਉਣ ਦੀ ਲਾਈਨ ਔਰ ਉਹਦੇ ਚ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵੱਡਾ ਆਦਮ ਕਦ ਬਹੁਤ ਤਲਵਾਰਾਂ ਨਾਲ ਘੋੜ ਸਵਾਰ ਔਰ ਹੋਰ ਵੀ ਹੁਣ ਜਿਹੜੀ ਪਹਿਲੀ ਖਬਰ ਹੈ ਔਰ ਮੈਂ ਰੋਪੜ ਹੀ ਕਹਾਵਾਂਗਾ ਕਿਉਂਕਿ ਹੁਣ ਕਿਉਂਕਿ ਆਫੀਸ਼ੀਅਲੀ ਰੂਪਨਗਰ ਕਹਿੰਦੇ ਨੇ ਪਰ ਮੈਨੂੰ ਇਹ ਲੱਗਦਾ ਵੀ ਇਹ ਵੀ ਇੱਕ ਵੱਡਾ ਕੇ ਰੋਪੜ ਦੀ ਸੰਧੀ ਇੱਕ ਹਿਸਟੋਰੀਕਲ ਮੁਕਾਮ ਹੈ ਔਰ ਉਹਦੇ ਚ ਇਹ ਹੈ ਕਿ ਰੋਪੜ ਰੋਪੜ੍ਹ ਦੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਗਵਰਨਰ ਜਨਰਲ ਵਿਲੀਅਮ ਬੈਂਟਿੰਗ ਨਾਲ ਹੋਈ ਟ੍ਰੀਟੀ ਦੇ ਸਥਾਨ ਤੇ ਸਤਲੁਜ ਦਰਿਆ ਦੇ ਸਾਹਮਣੇ ਡੀਸੀ ਦਫ਼ਤਰ ਦੇ ਸਾਹਮਣੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਮਹਾਰਾਜਾ ਰਣਜੀਤ ਸਿੰਘ ਬਾਗ ਦੀ ਅਣਦੇਖੀ ਹੋਣ ਕਾਰਨ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤਾਂ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਤੋੜ-ਫੋੜ ਕੀਤੀ ਗਈ ਹੈ ਸ਼ਰਾਰਤੀ ਅਨਸਰਾਂ ਵੱਲੋਂ ਬੁੱਤ ਦੀਆਂ ਤਲਵਾਰਾਂ ਤੋੜ ਦਿੱਤੀਆਂ ਗਈਆਂ ਹਨ ਇਸ ਨਾਲ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ ਆ ਗਿਆ ਜਿਕੇ ਬਾਕੀ ਕਿੰਨੇ ਕਰੋੜ ਉੱਥੇ ਲੱਗੇ ਔਰ ਉੱਥੇ ਬਾਗ ਦਾ ਕੀ ਹਾਲ ਹੈ ਫੁਆਰੇ ਵੀ ਬੰਦ ਨੇ ਦੂਜੇ ਦੇਖੋ ਹੁਣ ਜਦੋਂ ਇੱਕ ਪਾਸੇ ਕਿਸਾਨ ਐਜੀਟੇਸ਼ਨ ਇੱਕ ਪਾਸੇ ਲਾਲ ਕਿਲੇ ਤੇ ਕੇਸਰੀ ਝੰਡੇ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਸ਼ਰਾਰਤੀ ਅੰਸਰ ਨਹੀਂ ਨੇ ਇਹ ਆਰਐਸਐਸ ਦੀ ਆਈਡੀਓਲੋਜੀ ਕਿ ਆਹ ਲੋ ਤੁਸੀਂ ਪ੍ਰਾਈਡ ਲੈਂਦੇ ਹੋ ਕਿ ਭਾਈ ਜਿਹੜਾ ਉਹ ਰਾਜਾ ਸੀ ਔਰ ਦੂਜਾ ਸੀ ਆਹ ਲੋ ਅਸੀਂ ਉਹਦੀ ਤਲਵਾਰ ਵੀ ਖੋ ਲਈ ਹੈ ਅਸੀਂ ਉਸ ਦਾ ਬੁੱਤ ਵੀ ਤੋੜ ਦਿੱਤਾ ਪਰ ਪੰਜਾਬ 'ਚ ਜਿੱਥੇ ਹਕੂਮਤ ਜਿਹੜਾ ਚੀਫ ਮਿਨਿਸਟਰ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਕਿਤੇ ਕੋਈ ਕੱਖ ਉੱਡ ਕੇ ਕਿਸੇ ਦੀਆਂ ਅੱਖਾਂ 'ਚ ਪੈ ਜਾਏ ਤੇ ਉਹਨੂੰ ਉਹ ਆਈਐਸਆਈ ਦੇ ਹਵਾਲੇ ਉਹਦਾ ਮੂੰਹ ਨਹੀਂ ਖੁੱਲਦਾ ਹੈ ਬਿਲਕੁਲ ਪਾਕਿਸਤਾਨ 'ਚ ਕੋਈ ਕਈ ਵਾਰੀ ਠੀਕ ਹੈ ਆਫੀਸ਼ੀਅਲੀ ਉਹ ਹਮੇਸ਼ਾ ਪ੍ਰੋਟੈਕਟਿਵ ਹੁੰਦੇ ਨੇ ਪਰ ਕੋਈ ਸਿਰਫ ਰਿਆ ਕੁਝ ਕਰ ਇਹ ਛੋਟੀ ਗੱਲ ਨਹੀਂ ਹੈ ਸਰਕਾਰੀ ਪਾਰਕ ਹੈ ਔਰ ਜੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਇਵੇਂ ਤੋੜਿਆ ਜਾਂਦਾ ਹੈ ਤੇ ਇਹਨੂੰ ਆਰਐਸਐਸ ਤੋਂ ਬਿਨਾ ਹੋਰ ਕੌਣ ਡੇਅਰ ਕਰ ਸਕਦਾ ਕੋਈ ਸਿੱਖ ਤਾਂ ਸੋਚ ਵੀ ਨਹੀਂ ਸਕਦਾ ਇਸ ਗੱਲ ਬਾਰੇ ਹੁਣ ਇਸ ਦੇ ਨਾਲ ਉਸੇ ਹੀ ਅਖਬਾਰ ਦੇ ਵਿੱਚ ਅਸੀਂ ਦੂਸਰੀ ਖਬਰ ਦੇਖਦੇ ਸ਼੍ਰੀ ਨਨਕਾਣਾ ਸਾਹਿਬ ਨੂੰ ਮਾਡਰਨ ਦਿੱਖ ਦੇਣ ਲਈ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ ਕਾਰਵਾਈ ਔਰ ਤਿੰਨ ਚਾਰ ਤਸਵੀਰਾਂ ਨੇ ਕਿ ਸ਼੍ਰੀ ਨਨਕਾਣਾ ਸਾਹਿਬ ਦੇ ਮੰਗਟਾ ਵਾਲਾ ਰੋਡ 부ਚਿਆਣਾ ਚੌਂਕ 'ਚ ਕੀਤੀਆਂ ਗਈਆਂ ਦਿਲਕਸ਼ ਉਸਾਰੀਆਂ ਦੇ ਵੱਖ-ਵੱਖ ਸੀਨ ਔਰ ਇਹ ਖਬਰ ਵੀ ਉਹ ਦੇ ਰਿਹਾ ਸਰਿੰਦਰ ਕੋਛੜ ਜਿਹੜਾ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਵੀ ਇਹ ਡਬਲ ਏਜੰਟ ਹੀ ਹੋਣਾ ਹੈ ਉਧਰ ਏਜੰਸੀਆਂ ਲਈ ਵੀ ਕੰਮ ਕਰਦਾ ਹੈ ਆਪ ਵੀ ਆਪਣੀ ਪੱਤਰਕਾਰੀ ਕਹਿੰਦਾ ਹੈ ਪਰ ਉਹਦੀ ਖਬਰ ਹੈ ਕਿ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਨੂੰ ਨਵੇਂ ਨਮੂਨੇ ਦੇ ਅਤੇ ਬਿਹਤਰੀਨ ਫੈਸਿਲਿਟੀਆਂ ਵਾਲੇ ਸ਼ਹਿਰ ਵਜੋਂ ਡਿਵੈਲਪ ਕਰਨ ਲਈ ਜੰਗੀ ਪੱਧਰ ਤੇ ਉਸਾਰੀ ਦੇ ਕੰਮ ਕਰਵਾਏ ਜਾ ਰਹੇ ਹਨ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਜਨਮ ਭੂਮੀ ਤੇ ਮਾਡਰਨ ਟੰਗ ਨਾਲ ਰੇਲਵੇ ਸਟੇਸ਼ਨ ਨੂੰ ਦਿਲਕਸ਼ ਰੂਪ ਦਿੰਦੇ ਆ ਪਾਕਿਸਤਾਨ ਦੇ ਸਭ ਤੋਂ ਖੂਬਸੂਰਤ ਤੇ ਵਿਸ਼ਾਲ ਰੇਲਵੇ ਸਟੇਸ਼ਨ ਵਜੋਂ ਇਹਦਾ ਵਿਕਾਸ ਕੀਤਾ ਜਾ ਰਿਹਾ ਹੈ ਉੱਥੇ ਨਨਕਾਣਾ ਸਾਹਿਬ ਦੇ ਲਗਭਗ ਸਾਰੇ ਪ੍ਰਮੁੱਖ ਚੌਂਕਾਂ 'ਚ ਗੁਰਦੁਆਰਾ ਸਾਹਿਬ ਦੀ ਤਰਜ਼ ਤੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਔਰ ਫਿਰ ਉਹਨਾਂ ਨੇ ਐਹਸਾਨ ਮਿਰਜ਼ਾ ਦੇ ਹਵਾਲੇ ਨਾਲ ਕਿਹਾ ਕਿ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸਿੱਖ ਨਨਕਾਣਾ ਸਾਹਿਬ ਦੀ ਯਾਤਰਾ ਤੇ ਆਂਦੇ ਨੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਪੰਜਾਬ ਵੱਲੋਂ ਇੱਕ ਆਲੀਸ਼ਾਨ ਨਵੇਂ ਨਮੂਨੇ ਦਾ ਹੋਟਲ ਨਨਕਾਣਾ ਸਾਹਿਬ ਰਿਜ਼ੋਰਟ ਇਹਨਾਂ ਦੀ ਕੰਸਟਰਕਸ਼ਨ ਵੀ ਚੱਲ ਰਹੀ ਹੈ ਔਰ ਉਹਨਾਂ ਨੇ ਖੂਬਸੂਰਤ ਢਾਂਚੇ ਇਹਨਾਂ ਤੇ ਬੁਚਿਆਣਾ ਰੋਡ ਮੰਗਤਾ ਰੋਡ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਨਾਲ ਦੀ ਨਾਲ ਅਸੀਂ ਜਿਹੜੀ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਹੈ ਉਸ ਦੇ ਉੱਤੇ ਵੀ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਔਰ ਇਸ ਸਾਲ ਦੇ ਐਂਡ ਤੱਕ 50 ਫੀਸਦੀ ਤੋਂ ਜ਼ਿਆਦਾ ਕੰਮ ਜਿਹੜਾ ਖਤਮ ਹੋ ਜਾਏਗਾ ਇਸ ਤੋਂ ਇਲਾਵਾ ਜਿਹੜੇ ਆਡਰ ਨਨਕਾਣਾ ਸਾਹਿਬ ਚ ਹੋਰ ਗੁਰਦੁਆਰੇ ਨੇ ਤੰਬੂ ਸਾਹਿਬ ਮਾਲਜੀ ਸਾਹਿਬ ਕਿਆਰਾ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਦੇ ਬਚਪਨ ਨਾਲ ਉਹਨਾਂ ਦੀ ਐਜੂਕੇਸ਼ਨ ਖੇਡਾਂ ਔਰ ਜਿਹੜਾ ਦੂਸਰੇ ਨਾਲ ਸੰਬੰਧਿਤ ਨੇ ਹੁਣ ਇਹ ਸਾਹਮਣੇ ਆ ਹੁਣ ਇਹਦੇ ਤੇ ਜੇ ਅਸੀਂ ਕੋਈ ਨਾ ਵੀ ਟਿੱਪਣੀ ਕਰੀਏ ਤੇ ਫੇਰ ਜਿਵੇਂ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਾਲ ਦਿੱਤੀ ਹੈ ਕਿ ਜੀ ਸਾਖਾ ਨਨਕਾਣਾ ਸਾਹਿਬ ਦੀ ਯਾਦ ਮਨਾਓ ਔਰ ਜਿਵੇਂ ਉਹਨਾਂ ਨੇ ਸਿੱਖ ਜਥੇ ਨੂੰ ਰੋਕਿਆ ਔਰ ਅੱਜ ਉਹਨਾਂ ਨੇ ਇੱਕ ਫੰਕਸ਼ਨ ਨੂੰ ਐਡਰੈਸ ਕਰਦੇ ਆ ਕਿ ਕਿ ਭਾਰਤ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਅਪਣਾਏ ਜਾ ਰਹੇ ਬੇਰੁਖੀ ਵਾਲੇ ਰਵੱਈਏ ਦੀ ਅਸੀਂ ਸਖਤ ਨਿੰਦਿਆ ਕਰਦੇ ਹਾਂ ਔਰ ਸਰਕਾਰ ਨੂੰ ਕਹਿੰਦੇ ਹਾਂ ਕਿ ਉਹ ਅਕਲੀਤਾ ਬਾਰੇ ਆਪਣੇ ਵਿਚਾਰ ਨੂੰ ਬਦਲੇ ਔਰ ਉਹਨਾਂ ਨੇ ਕਿਹਾ ਕਿ 100 ਸਾਲ ਪਹਿਲਾਂ ਵਾਪਰੇ ਨਾਕ ਸਾਕਾ ਨਨਕਾਣਾ ਸਾਹਿਬ ਦੇ ਦਰਦ ਨੂੰ ਭਾਰਤ ਸਰਕਾਰ ਨੇ ਇੱਕ ਵਾਰ ਫੇਰ ਯਾਦ ਕਰਵਾ ਦਿੱਤਾ ਜਦੋਂ ਉਹਨਾਂ ਨੇ ਸਿੱਖ ਜਥੇ ਨੂੰ ਨਨਕਾਣਾ ਸਾਹਿਬ ਜਾਣ ਦੀ ਆਗਿਆ ਨਹੀਂ ਦਿੱਤੀ ਹੁਣ ਇਹ ਜਦੋਂ ਮੈਂ ਇਹਨੂੰ ਕਿਹਾ ਵੀ ਇਹ ਸਿੱਖ ਫੀਲ ਹੈ ਜੇ ਉਹਨਾਂ ਦਾ ਬਣਾਇਆ ਜਥੇਦਾਰ ਬਾਦਲਾਂ ਦਾ ਉਹ ਇਹ ਕਹਿ ਰਿਹਾ ਹੈ ਔਰ ਮੀਡੀਆ ਰਿਪੋਰਟਸ ਦੱਸ ਰਹੀਆਂ ਨੇ ਤਾਂ ਫੇਰ ਇਸ ਦੇ ਵਿੱਚ ਕਿਸੇ ਨੂੰ ਸਮਝਣ ਸਮਝਾਣ ਲਈ ਕਿਸੇ ਹੋਰ ਉਦਾਹਰਣ ਦੀ ਲੋੜ ਨਹੀਂ ਔਰ ਕਨਕਲੂਜਨ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਔਰ ਜਿਵੇਂ ਅਸੀਂ ਅੱਗੇ ਵੀ ਦੱਸਿਆ ਸੀ ਕਿ ਕੁਝ ਥਾਵਾਂ ਦੇ ਉੱਤੇ ਉਹ ਬਾਬਾ ਫਰੀਦ ਗਨ ਸ਼ਕਰ ਦੀ ਬਾਣੀ ਹੋਏ ਕਬੀਰ ਸਾਹਿਬ ਦੀ ਹੋਏ ਗੁਰੂ ਸਾਹਿਬਾਨ ਨੇ ਵੀ ਉਸੇ ਥਾਟ ਨੂੰ ਹੋਰ ਪੁਖਤਾ ਕਰਨ ਦੇ ਲਈ ਆਪਣੀ ਕੰਪੋਜੀਸ਼ਨ ਵੀ ਕੀਤੀ ਪਰ ਉਹ ਉਹਨਾਂ ਨੇ ਉਹਨਾਂ ਨੂੰ ਹੀ ਐਟਰੀਬਿਊਟ ਕੀਤੀ ਵਹੀ ਇੱਕ ਸ਼ਲੋਕ ਜਿਹੜਾ ਪਹਿਲਾ ਪੰਜਵੇਂ ਪਾਤਸ਼ਾਹ ਦਾ ਹੈ महला पंजवा कबीरा हमरा को नहीं हम किस हूँ के नाहे जिन एहो रचन रचाया तिस ही माहे समाह समा। क्योंकि इस तो पहले श्लोक कबीर साहब ने ये जरा थॉट शुरू किया कि भाई एक पासे कुसंगी ने माड़ी सोबत वाले लोग एक पासे चंगे ने जे माड़ी सोबत वाले नह जाओ ਤੇ ਫਿਰ ਵੀ ਉਹਦਾ ਅਸਰ ਜਿਵੇਂ ਕੋੜਿਆਂ ਦੀ ਤੁਸੀਂ ਖਾਨਚ ਵੜ ਜਾਓ ਤੇ ਕਾਲਖ ਲੱਗੇਗੀ ਲੱਗੇਗੀ ਪਰ ਗੁਰੂ ਸਾਹਿਬ ਨੇ ਇੱਥੇ ਇਸ ਥਾਟ ਨੂੰ ਹੋਰ ਫਰਦਰ ਕਲੈਰੀਫਾਈ ਕੀਤਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀਂ ਕਿ ਭਾਈ ਇਸ ਧਰਤੀ ਹੋਏ ਮਾੜੇ ਲੋਕ ਨੇ ਚੰਗੇ ਲੋਕ ਨੇ ਸਾਡਾ ਤਾਂ ਕੁਝ ਨਹੀਂ ਹੈ ਬਿਲਕੁਲ ਇਹ ਜੋ ਵੀ ਸਾਰੀ ਕ੍ਰिएशन ਹੈ ਜੋ ਚੱਲ ਰਿਹਾ ਹੈ ਇਹ ਰੱਬ ਦੀ ਦੁਨੀਆ ਹੈ ਰੱਬ ਦਾ ਹੁਕਮ ਹੈ ਔਰ ਜਿਨ ਇਹ ਰਚਨ ਰਚਾਇਆ ਤਿਸੇ ਮਾਹੀਂ ਸਮਾਇ ਕਿ ਇਹ ਸਾਰੀ ਰਚਨਾ ਚੰਗੇ ਮਾੜਿਆਂ ਦੀ ਵੀ ਰੱਬ ਨੇ ਹੀ ਰਚਾਈ ਹੋਈ ਹੈ ਸਾਡੇ ਜ਼ਿੰਮੇ ਇਹੀ ਹੋਣਾ ਚਾਹੀਦਾ ਹੈ ਤਿਸੇ ਮਾਹੀਂ ਸਮਾਇ ਕਿ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਰੱਬ ਨੂੰ ਰੱਖੀਏ ਇਬਾਦਤ ਰੱਬ ਦੀ ਕਰੀਏ ਔਰ ਬਾਕੀ ਰੱਬ ਤੇ ਛੱਡ ਦੇਈਏ ਕਿ ਉਹਨੇ ਕਿਨੂੰ ਕਿਵੇਂ ਸੁਧਾਰਨੇ ਅਸੀਂ ਆਪਣੇ ਆਪ ਨੂੰ ਸੰਭਾੜੀਏ ਕਿ ਅਸੀਂ ਸੱਚ ਦੇ ਵਿੱਚ ਗਲਤਾਨ ਹੋਈਏ ਸਰਸਾਰ ਹੋਈਏ ਔਰ ਅਗਲੇ ਦੋਸ ਲੋਕ ਕਬੀਰ ਸਾਹਿਬ ਦੇ ਨੇ ਕਬੀਰ ਕੀਚੜ ਆਟਾ ਗਿਰ ਪੜਿਆ ਕਿਛੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਬਹਾ ਸਾਤ ਜਦੋਂ ਮੈਂ ਇਸ ਸ਼ਲੋਕ ਨੂੰ ਪੜ ਰਿਹਾ ਸੀ ਤੇ ਮੇਰੇ ਮਨ ਚ ਉਸ ਖਿੱਤੇ ਦੀ ਉਰਜ਼ਾਰ ਹੈ ਇਹ ਹਾਲ ਪੰਜਾਬ ਚ ਵੀ ਰਿਹਾ ਹੈ ਗਰੀਬਾਂ ਦੇ ਲਈ ਕਬੀਰ ਸਾਹਿਬ ਬਨਾਰਸ ਚ ਬੈਠੇ ਨੇ ਹੁਣ ਜਿਹੜੇ ਬਹੁਤ ਗਰੀਬ ਬੀਬੀਆਂ ਜਿਨ੍ਹਾਂ ਦੇ ਲਈ ਬੱਚੇ ਪਾਲਣੇ ਜਾਂ ਕੋਈ ਜ਼ਮੀਨਾ ਨਹੀਂ ਨੇ ਕੋਈ ਹੋਰ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਜਿਹੜੇ ਵੱਡੇ ਜ਼ਮੀਂਦਾਰ ਨੇ ਜਾਂ ਅਮੀਰ ਨੇ ਉਹਨਾਂ ਦੇ ਘਰਾਂ ਚ ਜਾ ਕੇ ਦਾਣੇ ਪੀਣੇ ਉਰਜ਼ਾਰ ਹੈ ਚੱਕੀ ਚੱਕੀ ਚਲਾਈ ਜਾਂਦੀ ਸੀ ਬਿਲਕੁਲ ਉਹ ਜਿੰਨੇ ਘੰਟੇ ਦਾਣੇ ਪੀਂਦਿਆਂ ਸੀ ਜਿੰਨੇ ਵੀ ਉਹਨਾਂ ਦੇ ਅੱਗੇ ਉਹ ਭਾਰ ਰੱਖ ਦਿੰਦੇ ਸੀ ਉਹਦੇ ਮੁਤਾਬਕ ਉਹਨਾਂ ਨੂੰ ਹਿੱਸਾ ਮਿਲ ਜਾਂਦਾ ਸੀ ਉਸ ਆਟੇ 'ਚ ਉਹ ਥੋੜਾ ਬਹੁਤ ਕਿ ਭਾਈ ਜਾਂ ਉਹਨੂੰ ਵੀ ਸੀ ਕਿ ਵੀ ਦਿਨੇ ਚੱਕੀ ਪੀਣਾ ਹੀ ਕਹਿੰਦੇ ਸੀ ਚੱਕੀ ਪੀਸੀ ਹੈ ਫਿਰ ਲੈ ਗਏ ਹੁਣ ਜਾ ਰਿਹਾ ਹੈ ਕਿ ਉਹ ਜਿਹੜੀ ਬੀਬੀ ਆਈ ਹੈ ਉਹ ਘਰੋਂ ਭੁੱਖੀ ਤੁਰੀ ਹੋਏਗੀ ਬਿਲਕੁਲ ਔਰ ਚੱਕੀ ਪੀਣਾ ਤੁਹਾਡਾ ਜ਼ੋਰ ਵੀ ਲੱਗ ਰਿਹਾ ਹੈ ਔਰ ਵਿੱਚ ਵਿੱਚ ਜਿਹੜਾ ਤੁਸੀਂ ਈਵਨ ਆਪਣੇ ਢਿੱਡ ਦੀ ਭੁੱਖ ਨੂੰ ਜਿਹੜਾ ਉਹ ਝੁਲਸਣ ਦੇ ਲਈ ਜਿਹੜਾ ਉਹ ਚੱਬ ਵੀ ਰਹੇ ਹੋ ਕੋਈ ਨਾ ਕੋਈ ਕਣਕ ਨਾਲ ਤੁਸੀਂ ਪੀ ਰਹੇ ਹੋ ਥੋੜੇ ਦਾਣੇ ਵੀ ਤੁਸੀਂ ਚੱਬ ਰਹੇ ਹੁਣ ਇਹ ਸਾਰੇ 파ਰਟ ਨੂੰ ਕਬੀਰ ਸਾਹਿਬ ਨੇ ਆਪਣੇ ਇਸ ਰੋਹਾਨੀਅਤ ਦੀ ਦੁਨੀਆ ਦੇ ਵਿੱਚ ਇਸ ਮੈਟਾਫਰ ਨੂੰ ਲਿਆ ਕੇ ਗੱਲ ਸਮਝਾਈ ਕਿ ਕਬੀਰ ਕੀਚੜ ਆਟਾ ਘਿਰ ਪਿਆ ਹੁਣ ਉਹ ਬੀਬੀ ਜਿਹੜੀ ਮਿਹਨਤ ਮੁਸ਼ਕਕਤ ਕਰਕੇ ਕਈ ਘੰਟੇ ਦੀ ਜੋ ਉਹਨੂੰ ਆਟਾ ਮਿਲਿਆ ਉਹ ਲੈ ਕੇ ਘਰ ਨੂੰ ਤੁਰੀ ਜਾ ਰਹੀ ਸੀ ਮੀਂਹ ਪੈ ਕੇ ਹਟਿਆ ਹੋਇਆ ਚਿੱਕੜ ਸੀ ਉਸ ਦਾ ਪੈਰ ਰੜਿਆ ਤੇ ਉਹਦੇ ਵਿਚਰਾ ਆਟਾ ਜਿਹੜਾ ਉਹ ਹੱਥੋਂ ਜਿਹੜਾ ਉਹ ਉਹਦੇ ਚਿੱਕੜ ਦੇ ਵਿੱਚ ਡਿੱਗ ਪਿਆ ਕਬੀਰ ਕੀਚੜ ਆਟਾ ਘਿਰ ਪੜਿਆ ਕਿਛੂ ਨਾ ਆਇਓ ਹੱਥ ਕੋਈ ਕੋਈ ਵੀ ਹੱਥ ਨਹੀਂ ਆਇਆ ਪੀਸਤ ਪੀਸਤ ਚਾਬਿਆ ਸੋਈ ਨਿਬਿਆ ਸਾ ਕਿ ਪੀਂਦੇ ਪੀਂਦੇ ਜਿਹੜੇ ਦਾਣੇ ਚਬੇ ਸੀ ਬਸ ਹੋਈ ਉਹ ਹੀ ਰਹਿ ਗਏ ਘਰ ਤੱਕ ਤਾਂ ਆਟਾ ਪਹੁੰਚਿਆ ਨਹੀਂ ਪਹੁੰਚਿਆ ਹੁਣ ਇਹਦਾ ਇਹ ਬਿਲਕੁਲ ਇਹ ਸੀਨ ਨੂੰ ਮੈਂ ਦੇਖ ਸਕਦਾ ਵੀ ਔਰ ਜਦੋਂ ਤੁਸੀਂ ਗਰੀਬੀ ਔਰ ਮੰਦ ਹਾਲੀ ਦੇਖੀ ਹੁੰਦੀ ਹੈ ਕਿ ਕਿਸ ਕਿਸਮ ਦੇ ਹਾਲ ਚ ਲੋਕ ਜਿਉਂਦੇ ਨੇ ਪਰ ਇਹਦਾ ਰੋਹਾਨੀਅਤ ਦੇ ਵਿੱਚ ਕੀ ਤਾਲੁਕ ਹੈ ਇਸ ਉਦਾਹਰਣ ਦਾ ਕਿ ਭਾਈ ਜਿਹੜਾ ਵਕਤ ਤੁਹਾਡੇ ਕੋਲ ਹੈ ਬਿਲਕੁਲ ਉਨੂੰ ਸੰਭਾਲ ਲਓ ਔਰ ਇਹੀ ਹੈ ਕਿ ਪੀਸਤ ਪੀਸਤ ਚਾਬਿਆ ਜੋ ਤੁਸੀਂ ਕਰ ਰਹੇ ਹੋ ਕਰਦੇ ਕਰਦੇ ਜਿਹੜੇ ਤੁਹਾਡੇ ਪਲ ਨੇ ਜੇ ਰੱਬ ਦੀ ਯਾਦ ਤੁਹਾਡੇ ਗੁਜ਼ਰ ਰਹੇ ਨੇ ਤਾਂ ਸਮਝੋ ਇਹ ਸਕਾਰਥੇ ਨੇ ਤੇ ਤੁਸੀਂ ਇਹ ਕਹੋ ਕਿ ਭਾਈ ਕੋਈ ਨਹੀਂ ਇਹ ਵਕਤ ਲੰਘ ਗਿਆ ਫਿਰ ਪਤਾ ਨਹੀਂ ਹੈ ਕਦੋਂ ਆਟੇ ਨੇ ਚਿੱਕੜ ਚ ਡਿੱਗ ਪੈਣਾ ਤੁਹਾਡੀ ਜ਼ਿੰਦਗੀ ਦਾ ਕੀ ਹੋਣਾ ਔਰ ਅਗਲਾ ਸ਼ਲੋਕ ਉਹਨਾਂ ਦਾ ਹੀ ਹੈ ਕਿ ਇੱਕ ਤਾਂ ਉਹ ਨੇ ਜਿਹੜੇ ਮਜਬੂਰੀ ਵਾਸ ਜਾਂ ਬੇਧਿਆਨੇ ਸੋਚਦੇ ਨੇ ਕਿ ਭਾਈ ਉਹ ਕਰ ਲੈਣਗੇ ਵਕਤਾਂ ਤੇ ਇੱਕ ਬੇਈਮਾਨ ਜਿਨ੍ਹਾਂ ਦੇ ਲਈ ਲਫ਼ਜ਼ ਮੈਂ ਰਜਿਸਟਰਡ ਬੇਈਮਾਨ ਕਹਿੰਦਾ ਹ ਹ ਇਹ ਉਹਨਾਂ ਨੂੰ ਪਤਾ ਹੈ ਉਹ ਕੀ ਕਰ ਰਹੇ ਨੇ ਉਹ ਭਗਤ ਵੀ ਬਣੇ ਹੋਏ ਨੇ ਗੁਰਦੁਆਰੇ ਮੰਦਰ ਮਸੀਤ ਚਰਚ ਸినਗੋਗ ਉੱਥੇ ਵੀ ਜਾਂਦੇ ਨੇ ਬੜੇ ਬੜੇ ਬਾਹਰਲੇ ਬਗਲੇ ਭਗਤ ਵੀ ਨੇ ਪਰ ਢੰਡੋ ਬੇਈਮਾਨ ਜਿਹੜੇ ਨੇ ਉਹ ਬੇਈਮਾਨੀ ਦੀ ਕਮਾਈ ਔਰ ਰਿਜ਼ਕੇ ਹਰਾਮ ਉਹਨਾਂ ਬਾਰੇ ਕਬੀਰ ਸਾਹਿਬ ਨੇ ਫਰਮਾਇਆ ਕਬੀਰ ਮਨ ਜਾਣੇ ਸਭ ਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਹੇ ਪਰ ਕੇ ਬੇਈਮਾਨ ਸਭ ਪਤਾ ਹੈ ਨਾ ਨੂੰ ਜੀ ਕਿ ਠੀਕ ਕੀ ਹੈ ਤੇ ਗਲਤ ਕੀ ਹੈ ਕਬੀਰ ਮਨ ਜਾਣੇ ਸਭ ਬਾਤ ਜਾਨਤ ਹੀ ਔਗਣ ਕਰੇ ਜਾਣ ਬੁੱਝ ਕੇ ਫਿਰ ਉਹੀ ਕੁਛ ਕਰਦੇ ਨੇ ਜਿਹੜਾ ਇਹਨਾਂ ਨੂੰ ਪਤਾ ਹੈ ਵੀ ਗਲਤ ਹੈ ਜਿਹੜਾ ਇਹਨਾਂ ਨੂੰ ਪਤਾ ਹੈ ਵੀ ਹਰਾਮ ਹੈ ਪਰ ਇਹ ਕਰਦੇ ਨੇ ਔਰ ਇਹ ਜਾਣ ਬੁੱਝ ਕੇ ਕਰਦੇ ਨੇ ਉਹਨੇ ਕਿਹਾ ਭਾਈ ਇਹ ਕਾਹੇ ਕੀ ਕੁਸਲਾਤ ਕੁਸ਼ਲ ਹੁੰਦਾ ਹੈ ਮਾਇਰ ਹੋਣਾ ਕਿਸੇ ਚੀਜ਼ ਦਾ ਵੀ ਇਹ ਕੋਈ ਤੁਹਾਡਾ ਕੋ ਅਕਲ ਦਾ ਕੰਮ ਹੈ ਹਾਥ ਦੀਪ ਕੋਹੇ ਪਰ ਕੂਆ ਖੂਨ ਕਹਿੰਦੇ ਨੇ ਕਿ ਹੱਥ ਤੁਸੀਂ ਦੀਵਾ ਫੜਿਆ ਹੋਇਆ ਤੇ ਖੂਹ ਚ ਤੁਸੀਂ ਜਾ ਡਿੱਗਦੇ ਹੋ ਇਹ ਬਹੁਤ ਵਾਰ ਸਾਡੇ ਵਰਗੇ ਲੋਕ ਜਿਹੜੇ ਵੱਡੇ ਉਪਦੇਸ਼ਕ ਬਣੇ ਹੁੰਦੇ ਨੇ ਵੱਡੇ ਪ੍ਰਚਾਰਕ ਬਣੇ ਹੁੰਦੇ ਨੇ ਵੱਡੇ ਸੰਤ ਤੇ ਬਾਬੇ ਬਣੇ ਹੁੰਦੇ ਨੇ ਉਹਨਾਂ ਲਈ ਕਿ ਭਾਈ ਇਹ ਤੁਹਾਨੂੰ ਸਭ ਪਤਾ ਹੈ ਤੁਸੀਂ ਦੂਸਰਿਆਂ ਨੂੰ ਦੱਸ ਰਹੇ ਹੋ ਕਿ ਭਾਈ ਕੀ ਹੋ ਲੇਕਿਨ ਆਪ ਉਸੇ ਹੀ ਰਸਤੇ ਦੇ ਉੱਤੇ ਤੋਰੇ ਹੋਏ ਅਤੇ ਇਸੇ ਲਈ ਗੁਰੂ ਸਾਹਿਬ ਨੇ ਇਹ ਯਾਦ دہਾਨੀ ਕਰਵਾਈ ਸੀ ਕਿ ਪ੍ਰਥਮੇ ਮਨ ਪਰ ਬੋਧੈ ਆਪਣਾ ਪਾਛੈ ਅਵਰ ਰਿਜਾਵੇ ਕਿ ਪਹਿਲਾ ਆਪਣੇ ਮਨ ਨੂੰ ਇਨਲਾਈਟਨ ਕਰੋ ਆਪ ਸੱਚ ਦੇ ਉੱਤੇ ਖੜੋਵੋ ਆਪ ਸੱਚ ਦੇ ਉੱਤੇ ਪਹਿਰਾ ਦਿਓ ਸੱਚ ਤੇ ਤੁਰੋ ਪਾਛੈ ਪਿੱਛੋਂ ਅਵਰ ਰਿਜਾਵੇ ਜੇ ਕਿਸੇ ਨੂੰ ਜੇ ਮਤ ਦੇਣੀ ਹੈ ਅਕਲ ਦੇਣੀ ਹੈ ਸਰਮਨ ਦੇਣਾ ਉਸ ਤੋਂ ਬਾਅਦ ਤੇ ਜਦੋਂ ਇਹ ਹੋਏਗਾ ਫਿਰ ਤਾਂ ਗੱਲ ਮੂੰਹ ਚੋਂ ਨਿਕਲਣੀ ਨਹੀਂ ਹੈ ਕਿਉਂਕਿ ਮਨ ਤਾਂ ਇਹੀ ਹੈ ਕਿ ਇਸ ਮਨ ਖੁਟਹਰ ਦਾ ਨਹੀਂ ਵਿਸ਼ਾਸ ਸੋ ਇਹ ਅਜਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਦੇ ਆਮੀਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਸੋ ਇਸ ਨਾਲ ਆਪਣੀ ਵੀਵਰਸ ਕਹਿੰਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸਜਾ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s r tv 24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਨੇ ਸਨਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸਾਨੂੰ ਆਗਿਆ ਦਿਓ ਦੇਖਦੇ ਰਹੋ ਜੀ ਵੀਰੀ ਫੋ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਕਾ